पुलिस ही आई हो उदू दे बंदे या बोलिए सब ना मैं इस वक्त गवर्नमेंट हाई स्कूल कालूवाला दे गेट ते खड़ा है और ए ओदे सामने दा मंदिर है कालूवाला। मैं इस वक्त मौजा कालूवाला च मौजूद हाँ जनाब। तो यह तुहाडा पिंड है कालूवाला, ठीक है। अगे आबादी शुरू हो जाती। मैं इस वक्त मौजा कालूवाले मौजूद हाँ, तो मैं एक पुराना घर नजर आया बने। ये तारीख की है, अस इन्होंने रिहायशियों के नाल गल करके थे। नहीं एक मिनट है फिर पुराने मकान है जी 50 साल रस्ते। बस तो खंडर ही रह गए। मेरे वाले साहब आ।
ਤੇ ਇਹ ਦੂਸਰਾ ਘਰ ਦੋਵੇਂ ਘਰ ਨੇ ਆਪਣੀ ਅਸਲੀ ਹਾਲਤ ਵਿੱਚ ਮੌਜਾ ਕਾਲੂਵਾਲ ਦੇ ਵਿੱਚ ਇੱਥੇ ਇਲਾਕੇ ਦੀ ਇਸ ਪਾਸੇ ਇਹ ਵੱਡਾ ਗੇਟ ਹੁੰਦਾ ਸੀ ਇੱਥੋਂ ਲੱਗ ਕੇ ਤਕਰੀਬਨ ਇਹ ਇੱਥੇ ਵੱਡਾ ਗੇਟ ਸੀ। ਅੱਛਾ ਤੇ ਇਹ ਉਹ ਵਜ਼ੀਰ ਜਾਂਦਾ ਰਹਿੰਦਾ ਨਾ ਘਰ ਤੇ? ਹਾਂ ਇਹ ਉਹਨਾਂ ਦਾ ਸਾਰਾ ਹੱਥਾ ਹੀ ਉਹਨਾਂ ਦਾ ਸੀ। ਅੱਛਾ ਠੀਕ ਹੋ ਗਿਆ, ਚਲੋ ਆਓ ਜੀ। ਇਹ ਉਹਨਾਂ ਦੀਆਂ ਦੁਕਾਨਾਂ ਹੁੰਦੀਆਂ। ਅੱਛਾ ਇਹ ਉਹਨਾਂ ਦੁਕਾਨਾਂ ਹੁੰਦੀਆਂ ਸੀ ਜੀ। ਦਰਵਾਜ਼ਾ ਵੀ ਉਸ ਵੇਲੇ ਦਾ ਹੀ ਲੱਗਾ ਹੈ? ਉਸੇ ਵੇਲੇ ਦਾ ਹੈ। ਇਹ ਸੀੜੀਆਂ ਇੱਥੋਂ? ਇਹ ਸੀੜੀਆਂ ਵੀ ਉਸੇ ਵਕਤ ਦੀ ਹੈ। ਇਹ ਸੀੜੀਆਂ ਸਾਰਾ ਕੁਝ ਉਸੇ ਵਕਤ ਹੈ। ਇਹ ਸਾਰਾ ਕੁਝ ਉਸੇ ਵਕਤ ਹੈ। ਠੀਕ ਹੈ, ਇਹ ਮੇਰੇ ਕੋਲ। ਅੱਛਾ, ਇਹ ਦੁਕਾਨ ਵੀ ਆਪਣੀ ਹੈ। ਹਾਂਜੀ ਠੀਕ ਹੋ ਗਿਆ, ਦੇਖ ਲਿਆ। ਚਲੇ ਅੱਗੇ ਚੱਲ। ਵਜ਼ੀਰ ਚੰਦ ਦਾ ਘਰ ਹੈ ਜੀ। ਇਹ ਸੀੜੀਆਂ ਉਸ ਵੇਲੇ ਦੀਆਂ ਨੇ, ਛੱਤ ਤੇ ਮੈਂ ਹੁਣ ਇਸ ਵਾਸਤੇ ਨਹੀਂ ਚੱਲ ਸਕਦਾ ਕਿ ਬਈ ਇਹ ਖਤਰਨਾਕ ਹੋਇਆ। ਸਾਈਆਂ ਦੀ ਰਿਹਾਇਸ਼ ਹੀ ਨਹੀਂ ਇੱਥੇ ਹੁਣ। ਹਾਂ ਜੀ, ਇਹਨਾਂ ਕੋਲ ਇਹ ਹਰ ਚੀਜ਼ ਉਸੇ ਵਕਤ ਦੀ ਹੈ। ਸਹੀ ਹੋ ਗਿਆ। ਅੱਛਾ, ਇਹ ਸਾਰਾ ਕੁਝ ਉਸੇ ਵਕਤ ਦਾ। ਦਰਵਾਜ਼ੇ ਵੀ ਉਹਨਾਂ ਦੇ, ਕੁੰਡੇ ਵੀ ਉਹਨਾਂ ਦੇ, ਬਾਕੀ ਸਭ ਉਹਨਾਂ ਦਾ ਹੀ ਆ। ਹਾਂਜੀ ਲਓ ਬਈ, ਲੱਕੀ ਹੋ ਤੁਸੀਂ ਆਪਣੇ ਪੁਰਖਾਂ ਦਾ ਮਕਾਨ ਦੇਖ ਰਹੇ ਹੋ। ਠੀਕ ਹੈ ਨਾ, ਇਹ ਸੰਦੂਕੀ ਛੱਤਾਂ ਵਾ। ਹੈਂ, ਵਾਹ ਜੀ ਵਾਹ। ਹੁਣ ਤਾਂ ਇਹੋ ਜਿਹੀ ਛੱਤ ਵੀ ਨਹੀਂ ਬਣਦੀ। ਉਹ ਵੀ ਹਨੇਰਾ, ਬਸ ਛੱਤ ਤਾਂ ਇੱਕੋ ਜਿਹੀ ਹੈ ਉਸੇ ਤਰ੍ਹਾਂ ਦੀ। ਇਹ ਸਭ ਕੁਛ ਉਹਨਾਂ ਦੇ, ਦਰਵਾਜ਼ੇ ਵੀ ਉਹਨਾਂ ਦੇ ਹੀ ਆ, ਇਹ ਕੁੰਡੇ ਤੱਕ ਉਹਨਾਂ ਦੇ ਹੀ ਆਏ। ਹਾਂਜੀ ਸਹੀ ਹੋ ਗਿਆ। ਪਰ ਸਭ ਤੋਂ ਖੂਬਸੂਰਤੀ ਦੀ ਇਹ ਜਿਹੜੀ ਸੰਦੂਕੀ ਛੱਤ ਹੈ ਨਾ ਜੀ, ਇਹ ਜਿਹੜੀ ਚੀਜ਼ ਆ ਨਾ, ਇਹ ਹੁਣ ਨਹੀਂ ਬਣਦੀ। ਲਓ ਵੀ ਹੁਣ ਮੈਂ ਤੁਹਾਡੇ ਬਜ਼ੁਰਗਾਂ ਦੇ ਮਕਾਨ ਦੇ ਅੰਦਰ ਵਿੱਚ ਖੜਾ ਵਾਂ। ਹੈਂ, ਚਲੋ ਦੇਖ ਲਈਏ ਹੁਣ। ਮੇਰੇ ਭਾਣਜੇ ਦੇ ਇਹ ਸਾਰਾ ਕੁਝ ਉਹਨਾਂ ਦਾ ਹੀ ਹੈ। ਸਹੀ ਹੋ ਗਿਆ। ਮਾੜਾ ਮੋਟਾ ਸਮਾਨ ਇੱਥੇ ਰੱਖਿਆ ਹੈ, ਬਾਕੀ ਸਭ ਲਾਹੌਰ ਸਾਰਾ ਕੁਛ ਜੋ ਕੁਛ ਵੀ ਹੈ ਉਹਨਾਂ ਦੇ ਵਕਤ ਦਾ ਹੀ ਆ।
ਕੰਸਟਰਕਸ਼ਨ ਜਿਹੜੀ ਹੈ ਹਾਂਜੀ ਅਸੀਂ ਇੱਥੇ ਕੋਈ ਤਬਦੀਲੀ ਨਹੀਂ ਕੀਤੀ ਹਾਂ ਨਹੀਂ ਉਹ ਤਾਂ ਹਾਂਜੀ ਬਹੁਤ ਅੱਛੀ ਗੱਲ ਮਾਜ਼ਾ ਕਾਲੂ ਵਾਲੇ ਚ ਜਿਹੜਾ ਸਕੂਲ ਹੈ ਸੀ ਉਸ ਵਕਤ ਉਹਦੀ ਸਿਰਫ ਇਤਨੇ ਹੀ ਇੱਕ ਹਿੱਸਾ ਖਲੋਤਾ ਰਹਿ ਗਿਆ ਜੀ ਮਤਲਬ ਇਹ ਪ੍ਰਣਾਲੇ ਦੀ ਜਾ ਅਤੇ ਨਾਲ ਕੋਈ ਹੋਰ ਸਕੂਲ ਦੀ ਬਿਲਡਿੰਗ ਇਮਾਰਤ ਇੱਥੇ ਹੋਏਗੀ ਔਰ ਇਹ ਸਕੂਲ 1923 ਦੇ ਵਿੱਚ ਇਹ ਤਾਮੀਰ ਹੋਇਆ ਇੱਥੇ ਔਰ ਇੱਥੇ ਹੀ ਉਹ ਹਿੰਦੂ ਜਿਹੜੇ ਨੇ ਜਿਹੜਾ ਸਕੂਲ ਪੜ੍ਹਦਾ ਰਿਹਾ ਔਰ ਫਿਰ ਉਹ ਇੱਥੇ ਉਸ ਵਾਪਸ ਆਇਆ ਅਤੇ ਉਸਨੇ ਆ ਕੇ ਸਕਾਲਰਸ਼ਿਪ ਦਾ ਐਲਾਨ ਕੀਤਾ ਬੱਚਿਆਂ ਵਾਸਤੇ ਜਿਹੜੇ ਇੱਥੇ ਪੜ੍ਹਦੇ ਨੇ ਅਤੇ ਇਹ ਉਹ ਇਲਾਕਾ ਹੈ ਮੌਜ਼ਾ ਕਾਲੂ ਵਾਲੇ ਦੇ ਵਿੱਚ ਤੁਹਾਡੀ ਉਮਰ ਚੌਕੀ ਹੋ ਗਈ ਸਾਲ ਇਹ ਤਾਂ ਮਤਲਬ ਜਿਹੜੇ ਲੋਟੀਆਂ ਪਈਆਂ ਤੁਸੀਂ ਉਹਨੂੰ ਨਹੀਂ ਸੰਭਲਦੇ ਅੱਛਾ ਉਹ ਤਾਂ ਗੱਲ ਪੱਕੀ ਹੋ ਗਈ ਅੱਛਾ ਮੁੜੇ ਤੁਸੀਂ ਦੱਸਿੰਦੇ ਪਏ ਵੀ ਕੁਝ ਹਿੰਦੂ ਆਇਆ ਵਾਪਸ ਚੌਥੀ ਪੜ੍ਹਦੇ ਆ ਸਹੀ ਹੈ ਕਿਨੇ ਅੱਛਾ ਉਹ ਗੱਲ ਸੁਣਾ ਜ਼ਰਾ ਉਸਲੇ ਉਹ ਆਇਆ ਸਕੂਲ ਪੁਰਾਣਾ ਹੁੰਦਾ ਸੀ ਉਸਲੇ ਇਹ ਇੱਕੋ ਕਮਰਾ ਹੁੰਦਾ ਸੀ ਅੱਛਾ ਉਹ ਹੈ ਆਈ ਅੱਠਾਂ ਦਾ ਔਰ ਇੱਕ ਡੇਰਾ ਹੈ ਨੰਬਰਦਾਰਾਂ ਦਾ ਇਸ ਹੋਲੀ ਵਸਤੀ ਅੱਛਾ ਉੱਥੇ ਬੋਲੇ ਸਾਲੇ ਆਉਂਦੇ ਹੋ ਪੁਲਿਸ ਹੀ ਆਈ ਹੋ ਉਦੂ ਦੇ ਬੰਦੇ ਆ ਬੋਲੀਏ ਸ਼ਵਨਾ ਨੂੰ ਲੱਦੀ ਹੈ ਨਾ ਦੀ ਬਹੁਤ ਉਹ ਸੁਡਾਰੇ ਤੁਲਵਾਈ ਆ ਨੇ ਦੇ ਨਾ ਜੇ ਦੇਖੜੀ ਸੁਡਾਰੇ ਦੀ ਹੈ ਨਹੀਂ ਉਹ ਜਿਹੜਾ ਬੰਦਾ ਆਇਆ ਉਹਦਾ ਕੋਈ ਨਾਂ ਯਾਦ ਹੀ ਨੇ ਲੈ ਨਹੀਂ ਆ ਸਕੇ ਹਾਂ ਬੜੀ ਬੁੱਧਾ ਸੋਈ ਕਰੀ ਉਹ ਕਿਹੜੇ ਮਕਾਨ ਤੋਂ ਲੱਦੀ ਹੈ ਇਹਨਾਂ ਨਸ਼ਾ ਇਹ ਜੇ ਦੋ ਸਿਰ ਮਕਾਨ ਸਿਆ ਤਾਂ ਕੋਈ ਮੈਨੇ ਜੇ ਪਟਵਾਰੀ ਦਾ ਮਕਾਨ ਉੱਥੋਂ ਹੀ ਲੱਦਾ ਹੈਗਾ ਅੱਛਾ ਜ਼ਿਆਦਾ ਹੋਰ ਪਤਾ ਨੀ ਜਿਹੜੇ ਆ ਉਹਨਾਂ ਦੇ ਮਕਾਨ ਪਤਾ ਨੀ ਕਿੱਥੋਂ ਕਿੱਥੋਂ ਲੱਭਦੇ ਗਏ ਜ਼ਿਆਦਾ ਉੱਥੋਂ ਮਿਲਿਆ ਨੇ ਉੱਥੇ ਉਹ ਆ ਗਿਆ ਉਹਨਾਂ ਦਾ ਫਰਸ਼ ਬੜਾ ਆਇਆ ਹੋਇਆ ਉਸ ਜਗ੍ਹਾ ਤੇ ਅੱਛਾ ਜਿੱਥੇ ਉਹ ਹਾਈ ਉਹਨਾਂ ਦਾ ਸੋਨਾ ਬਾਬਾ ਜੀ ਨੂੰ ਪਤਾ ਨਾ ਲੱਗ ਗਿਆ ਕੋਈ ਛਤੀਰਾ ਦੇ ਵਿੱਚ ਹੀ ਨਿਕਲਿਆ ਪੈ ਗਿਆ ਠੀਕ ਆ ਗਿਆ ਅੱਛਾ ਉਹ ਤੁਹਾਡੇ ਮਤਲਬ ਜਿਹੜੇ ਵੱਡੇ ਹਨ ਤੁਹਾਡੇ ਬਜ਼ੁਰਗ ਹਾਂਜੀ ਉਸਲੇ ਉਹ ਕੀ ਦੱਸਿੰਦੇ ਆ ਤੁਹਾਨੂੰ ਜੇ ਲਈ ਇੱਥੇ ਕਿਰਾੜ ਪਹਿਲੂ ਰਹਿੰਦੇ ਆ ਲੈ ਬਸ ਆਪਾਂ ਤੇ ਕਿਵੇਂ ਰਹਿੰਦੇ ਆ ਲੈ ਹੋਈ ਆ ਨੇ ਸੋਚ ਦੇ ਘਰ ਤੇ ਚੰਗਾ ਸਲੂਕ ਨਾ ਰਹਿੰਦੇ ਆ ਰਹੇ ਅੱਛਾ ਇੱਥੇ ਤਾਂ ਬੰਦਾ ਕੋਈ ਨਾ ਦਾ ਨੁਕਸਾਨ ਹੋਇਆ ਉਹ ਕਿਰਾੜਾ ਦਾ ਅੱਛਾ ਧੋਖੇ ਹੋਇਆ ਕੋਈ ਸਿਰੇ ਲੋਟੀ ਦੇ ਮਗੇ ਉਹ ਕੋਈ ਨਹੀਂ ਭਾਈ ਜਿਹੜਾ ਸਭ ਵਿੱਟਾ ਲੈਂਦੇ ਪਿਆ ਆ ਮੁਸਲਮਾਨਾਂ ਦਾ ਉਹ ਸਿਰੇ ਲੋਟੀ ਦੇ ਪਾਰ ਹੁੰਦਾ ਜਿਹੜੇ ਕੋਲ ਕੀਤਾ ਸੀ ਉਹਨਾਂ ਗੁਫਾ ਰਹਿ ਕੀਤੀ ਹੋਰ ਹੀ ਕੋਈ ਨਿਸ਼ਾਨ ਹੈ ਇਹਨੂੰ ਮਕਾਨ ਕੋਲ ਇਹ ਜਿਹੜੇ ਮੁਸਲਮਾਨ ਲੋਟੀ ਕਰਨ ਕਾਰਨ ਗਏ ਹਨ ਹਾਂ ਤਾਂ ਬਹੁਤ ਮਸ਼ਹੂਰੀ ਜੀ ਹੋ ਗਈ ਕੋਈ ਮੰਜੀ ਚ ਆਈ ਵਜਾ ਕੋਈ ਕਾਸ਼ਾ ਚ ਆਈ ਵਜਾ ਦਸੇਦ ਦੇ ਇਸ ਸਬੂਣੀ ਤੋਂ ਗਏ ਹਨ ਬੰਦੇ ਹਾਂ ਦੇਖ ਲੈ ਗਏ ਆ ਪਿੱਛੇ ਕਸਾ ਤਰੋਪੇ ਜੁ ਲੈ ਆ ਇੱਕ ਮੈਂ ਦੋ ਮੈਂ ਦੇਖੇ ਦੇ ਕੁਰਸੀ ਅੱਛਾ ਇੱਕ ਬੰਦੇ ਤੋਂ ਮੋਲ ਪਿੱਛੇ ਕਾਫੀ ਸਾਲ ਅੱਛਾ ਇਹ ਮੋਟਰ ਨੂੰ ਯਾਦ ਪੰਦਾ ਬਈ ਉਸਲੇ ਦਰੋਪੇ ਦਾ ਨੰਬਰਦਾਰ ਕੌਣ ਆ ਲੈ ਮੈਂ
ਤੁਹਾਨੂੰ ਕੋਈ ਯਾਦ? ਅੱਛਾ, ਉਹ ਜ਼ਮਾਨੇ ਤੁਹਾਡਾ ਆਪਣਾ ਵੱਡਾ ਸਬੂਣੀ ਦਾ ਜਿਹੜਾ ਜ਼ਿੰਮੇਦਾਰ ਉਸ ਲਈ ਨੰਬਰਦਾਰ ਕੌਣ ਆ? ਦਾਦਾ ਮੇਰਾ। ਉਹਦਾ ਕੀ ਨਾਮ ਦੱਸਿਆ ਤੁਸੀਂ? ਮੁਹੰਮਦ ਆਜ਼ਮ। ਮੁਹੰਮਦ ਆਜ਼ਮ, ਹਾਂ ਉਸ ਲਈ ਜਿੰਦਾ ਹੈ। ਅੱਛਾ, ਵਾਲੇ ਜਿੰਦਾ ਹੈ। ਇਹ ਜਿਹੜਾ ਫਰੀਦ ਮਹਿਮੂਦ ਕਾਠੀ ਹੈ ਜਿਹਦੇ ਨਾਂ ਤੇ ਮੌਜ਼ਾ ਹੈ? ਹਾਂ ਉਹ ਵੱਖਰਾ ਮੌਜ਼ਾ। ਅੱਛਾ, ਉਹ ਮੌਜ਼ਾ ਵੱਖਰਾ, ਉਹ ਜਿਹੜਾ ਫੌਸ ਹੈ ਜੀ। ਹਾਂ ਹਾਂ, ਠੀਕ ਠੀਕ ਠੀਕ। ਅੱਛਾ, ਮੋੜ ਇੱਥੇ ਕੋਈ ਇੱਕ ਸੁਣਿਆ ਬਈ ਹਿੰਦੂ ਆਇਆ ਹਾਂ ਉਸ ਸਕੂਲ ਦੇ ਬੱਚਿਆਂ ਵਾਸਤੇ ਕੋਈ ਵਜ਼ੀਫੇ ਸ਼ਜ਼ੀਫੇ ਦਾ ਐਲਾਨ ਕੀਤਾ ਹਾ? ਨਹੀਂ, ਸਾਡੇ ਉਹਦੇ ਤਾਂ ਕੋਈ ਨਹੀਂ ਜੀ, ਜ਼ਾਇਆ ਸਫ਼ਰ ਨਹੀਂ ਹੁਣ ਹੋਇਆ ਬਾਅਦ ਵਿੱਚ ਮੈਂ ਤਾਂ ਦੱਸਿਆ ਪਿੱਛੇ ਸੋੜਿਆ ਆਏ ਬਈ ਆਇਆ ਕੋਈ ਦੁਆ ਆਈ ਜੀ ਲੱਗ ਗਏ ਉਹ ਦੇ ਗਏ ਤਾਂ ਕੋਈ ਪਹਿਲੇ ਪਿੱਛੇ ਗੱਲ ਦਾ ਵਜ਼ੀਫਾ ਬੋਲਿਆ ਪੁੱਛਦਾ ਚੌਖਾ ਗੱਲ ਦਾ ਹੀ ਹੈ ਉਹਦਾ ਵੀ ਕੋਈ ਨਾਂ ਸ਼ਾਂ ਯਾਦ ਹੈ ਕੋਈ ਨਾ ਕੋਈ ਨਾ ਚਲੋ ਬਾਬਾ ਬੜੀ ਮਿਹਰਬਾਨੀ ਸ਼ੁਕਰੀਆ ਜੀ ਲੋਕ ਬਜ਼ੁਰਗ ਉਥੋਂ ਪਾਰਟੀਸ਼ਨ ਤੋਂ ਬਾਅਦ ਅੱਛਾ ਤੇ ਕੋਈ ਆਇਆ ਸੀ ਹਿੰਦੂ ਹਾਂਜੀ ਉਹਦੇ ਬਾਰੇ ਗੱਲ ਸੁਣਾ ਸਕੋ ਪਹਿਲਾਂ ਉਹ ਹਿੰਦੂ ਇੱਥੇ ਦੱਸਦੇ ਨੇ ਕਿ ਇਸੇ ਸਕੂਲ ਦਾ ਨਾ ਹਾਈ ਕਾਲੂਵਾਲਾ ਸਕੂਲ ਹੈ ਉੱਧਰ ਪ੍ਰਾਇਮਰੀ ਸਕੂਲ ਅੱਛਾ ਬਾਅਦ ਦੇ ਵਿੱਚ ਫਿਰ ਇਹ ਮਿਡਲ ਅਤੇ ਫਿਰ ਹਾਈ ਬਣਿਆ ਉੱਥੋਂ ਦਾ ਇੱਕ ਸਟੂਡੈਂਟ ਹੈ ਉਹ ਬਾਅਦ ਦੇ ਉੱਥੇ ਆਈ ਜੀ ਪਤਾ ਨਹੀਂ ਕਿਹੜੀ ਪੋਸਟ 'ਤੇ ਆਏ ਉਹ ਇੱਥੇ ਫਿਰ ਆਇਆ ਉਸਨੇ ਇਸ ਇਲਾਕੇ ਦਾ ਪੂਰਾ ਵਿਜ਼ਿਟ ਕੀਤਾ ਸੈਰ ਸੂਰ ਕਰਕੇ ਨਾ ਉਸ ਵੇਲੇ ਉਸਨੇ ਇੱਥੇ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਜੋ ਕੁਛ ਵੀ ਉਹਨੇ ਆਖਿਆ ਵੀ ਇੱਥੇ ਤਾਂ ਮੈਂ ਸਟੂਡੈਂਟ ਹਾਂ ਮੈਨੂੰ ਅੱਲਾਹ ਤਾਲਾ ਨੇ ਬਹੁਤ ਕੁਛ ਦਿੱਤਾ ਅਤੇ ਮੈਂ ਇੱਕ ਇਸ ਹਰ ਸਾਲ ਨਾ ਇੱਕ ਜਿਹੜਾ ਤੁਹਾਡਾ ਬੱਚਾ ਫਸਟ ਆਵੇ ਨਾ ਦਸ ਨੌਵੀਂ ਦੇ ਵਿੱਚੋਂ ਉਸਨੂੰ ਸਕਾਲਰਸ਼ਿਪ ਦੇਵਾਂ ਉਹ ਕੁਛ ਕਾਫੀ ਅਰਸਾ ਜਿਹਨੇ ਪੰਜ ਦਸ ਸਾਲ ਤਾਂ ਆਉਂਦਾ ਰਿਹਾ ਉਸ ਤੋਂ ਬਾਅਦ ਉਹ ਹੁਣ ਬੰਦ ਹੋ ਗਿਆ ਸਾਨੂੰ ਨਹੀਂ ਪਤਾ ਫੌਤ ਹੋ ਗਿਆ ਕਿ ਜਿਹੜੇ ਸਾਡੇ ਆਪਣੇ ਹੈੱਡ ਮਾਸਟਰ ਨੇ ਜਾਂ ਮੁਤਲਕਾ ਇੰਚਾਰਜ ਰਹਿਣ ਉਹ ਫਿਰ ਉੱਥੋਂ ਆਉਂਦੇ ਰਹਿਣ ਇਹ ਬਕਾਇਦਾ ਉਹ ਸਕਾਲਰਸ਼ਿਪ ਆਉਂਦਾ ਰਿਹਾ ਉਹ ਫਿਰ ਬੱਚੇ ਨੂੰ ਦਿੰਦੇ ਰਹੇ ਇਤਨਾ ਕੁ ਸਾਡੇ ਨਵੇਂ ਇੱਥੇ ਆ ਪਿਛਲੇ ਰੀਸੈਂਟ ਮੇਰਾ ਖਿਆਲ ਕੋਲ ਪੰਜ ਦਸ ਦਸ ਸਾਲ ਤੋਂ ਹੀ ਉਹ ਬੰਦ ਹੋਇਆ ਪਹਿਲੇ ਉਹ ਆਉਂਦਾ ਰਿਹਾ ਅੱਛਾ ਇਹ ਜਿਹੜਾ ਮੇਰਾ ਭਾਈ ਗੱਲ ਕੀਤੀ ਹੈ ਬਈ ਇੱਥੇ ਹਿੰਦੂ ਆਏ ਸਨ ਤੇ ਆਪਣਾ ਉਹ ਸਮਾਨ ਵਗੈਰਾ ਤੁਸੀਂ ਤਾਂ ਉਸਲੇ ਬਚਪਨ ਚ ਹੋਗੇ ਤੁਸੀਂ ਦੇਖਿਆ ਤੇ ਨਾ ਹਾਂਜੀ ਤੁਸੀਂ ਤੁਹਾਡੀ ਪੈਦਾਇਸ਼ ਮੇਰੀ ਪੈਦਾਇਸ਼ ਤੇ ਆਪਣੇ 1963 ਦੀ ਹੈ ਅੱਛਾ ਨਹੀਂ ਫਿਰ ਤਾਂ ਨਹੀਂ ਪਤਾ ਤੁਹਾਨੂੰ ਤਾਂ ਪਹਿਲੇ ਹੋਗੇ ਜਿਹੜੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੈ ਕਿ ਇੱਥੇ ਆਏ ਨਹੀਂ ਤੋ ਆਪਣਾ ਮਾਲ ਜਿਹੜਾ ਨਾ ਕੋਈ ਕੱਢ ਕੇ ਲੈ ਕੇ ਜਾਏ ਹਾਂ ਹਾਂ ਔਰ ਇਹ ਵੀ ਦੱਸਦੇ ਨੇ ਕਿ ਜਿਹੜਾ ਲੈ ਗਿਆ ਇੱਕ ਤੋਂ ਜਗ੍ਹਾ ਤੋਂ ਮਾਲ ਉਹਨਾਂ ਨੂੰ ਨਹੀਂ ਮਿਲਿਆ ਜਗ੍ਹਾ ਚੇਂਜ ਹੋ ਗਈ ਤੂੰ ਪਤਾ ਲੱਗ ਗਿਆ ਫਿਰ ਸਾਡੇ ਇੱਥੋਂ ਲੋਕਾਂ ਨੇ ਉਹਦੀ ਖੁਦਾਈ ਵੀ ਕੀਤੀ ਹੈ ਹੁਣ ਦੱਸਦੇ ਨੇ ਕਿ ਉਹਨਾਂ ਨੂੰ ਉਹ ਮਾਲ ਫਿਰ ਉਹ ਮਿਲ ਵੀ ਗਿਆ ਫਿਰ ਉਹਨਾਂ ਆਪਣੇ ਇਸਤੇਮਾਲ ਲਾ ਲਿਆ ਕਿਸ ਤਰ੍ਹਾਂ ਇਹ ਵੀ ਅਸੀਂ ਇਹ ਸੁਣਿਆ ਨਹੀਂ ਉਹ ਜਿਹੜੇ ਬਾਹਰ ਦੇ ਘਰ 'ਚ ਰਹਿੰਦੇ ਪੈਂਦੇ ਉਹਨਾਂ ਨੂੰ ਮਿਲ ਗਿਆ ਜਾਂ ਉਹ ਹੀ ਲੈ ਕੇ ਫਿਰ ਗਏ ਨਹੀਂ ਨਹੀਂ ਉਹ ਨਹੀਂ ਲੈ ਗਏ ਉਹ ਤਾਂ ਫਿਰ ਇੱਕੋ ਵਾਰੀ ਆ ਕੇ ਚਲੇ ਗਏ ਫਿਰ ਉਹਨਾਂ ਨੇ ਕਿਹੜਾ ਮਖਸੂਸ ਟਾਈਮ ਦਿੱਤਾ ਉਹਨਾਂ ਨੇ ਬਹੁਤ ਇਤਨੇ ਦੇ ਚਲੋ ਸਰ ਬੜੀ ਮਿਹਰਬਾਨੀ ਸ਼ੁਕਰੀਆ ਮੇਰੇ ਕੋਲ ਟਾਇਰ ਮਾਂ ਕਿਵੇਂ ਤਾਂ ਲਾ ਦਿੰਦਾ